आओ बच्चों, क्या हाल है आपके? ईद मुबारक जी बेटा। लो जी बेटा लो। क्योंकि रमजान का जो पवित्र महीना खत्म होता है तो ईद मनाई जाती है। अज मैं एक महल के बीच मौजूद हाँ पटियाले, तो एक अजीब बड़ी ही एक वधिया सेध दे नाल गल दिखाउने कि लखां दी गड्डी दे विच एक जिहड़े शख्स ने गे समाज सेवी ने, ते अज उन्होंने ईद पता किहदे नाल मनाई है? इन्हां छोटे छोटे बच्चों के नाल। पहले तुहानूं बच्चे दिखा दिए कि किन्ने सोहणे सोहणे कपड़े पा के ईद दे मौके ते सारे ईद मना के आए ने। पिछे तुसीं देखो ते दूजे पासे मेरे नाल उह समाज सेवी अदनान ने जिहड़े खुद इन्हां बच्चों के नाल ईद मनाउण आए ने। खान साहब, ਛੋਟੇ ਛੋਟੇ ਬੱਚਿਆਂ ਦੇ ਨਾਲ ਈਦ ਮਨਾਉਣ ਦਾ ਕੀ ਖਿਆਲ ਹੈ? ਦੇਖੋ ਜੀ, ਇਹ ਤੁਸੀਂ ਖੁਸ਼ੀ ਦਾ ਤਿਉਹਾਰ ਹੈ। ਤੁਸੀਂ ਖੁਸ਼ੀ ਜਦ ਵੰਡਦੇ ਹੋ ਬੱਚਿਆਂ ਨਾਲ, ਤੁਹਾਡੀ ਰੂਹ ਨੂੰ ਸਕੂਨ ਮਿਲਦਾ। ਆਪਾਂ ਆਪਣੇ ਫੈਮਿਲੀ ਨਾਲ, ਫਰੈਂਡਸ ਨਾਲ ਤਾਂ ਈਦ ਮਨਾਉਣੀ ਆ, ਬਟ ਮੈਨੇ ਇੱਕ ਰੱਖਿਆ ਹੋਇਆ ਆਪਣਾ, ਈਦ ਵਾਲੇ ਦਿਨ ਮੈਂ ਜ਼ਰੂਰ ਬੱਚਿਆਂ ਜਾ ਕੇ ਉਹਨਾਂ ਨੂੰ ਥੋੜ੍ਹੀ ਥੋੜ੍ਹੀਆਂ ਚੀਜ਼ਾਂ ਦੇ ਕੇ, ਚੋਕਲੇਟ ਦੇ ਦਿੱਤਾ, ਕੋਈ ਆਪਣਾ ਚਿਪਸ ਦੇ ਦਿੱਤੀਆਂ, ਕੋਈ ਕੋਲਡ ਡਰਿੰਕ ਪਿਲਾ ਦਿੱਤਾ, ਕੋਈ ਰੇਹੜੀ ਮਿਲ ਗਈ ਉੱਥੋਂ ਖਿਲਾ ਪਿਲਾ ਦਿੱਤਾ। ਇੱਕ ਛੋਟੇ ਮਤਲਬ ਇੱਕ ਖੁਸ਼ੀ ਵੰਡੀ ਹੈ। ਦੇਖੋ ਕਿੰਨੇ ਖੁਸ਼ ਨੇ ਬੱਚੇ, ਇੱਕ ਸਕੂਨ ਮਿਲਦਾ ਸਰ। ਤੁਸੀਂ ਸਮਾਜ ਸੇਵੀ ਹੋ, ਤੁਸੀਂ ਵੀ ਰੋਜ਼ੇ ਰੱਖੇ ਹੋਣਗੇ, ਤੇ ਅਜੀਤ ਸੀਗੀ ਇਸ ਤੋਂ ਬਾਅਦ ਤੁਹਾਡੇ ਮਨ 'ਚ ਹਰ ਵਾਰੀ ਆਉਂਦੇ ਹੋ ਜਾਂ ਸਪੈਸ਼ਲ ਖਿਆਲ ਕੀਤਾ ਕਿ ਮਾਮਾ ਜੀ? ਹਰ ਵਾਰ ਮੈਂ ਇਹ ਵਾਲੀ ਬਸਤੀ 'ਚ ਨਾ, ਇੱਥੇ ਜਿੰਨੇ ਵੀ ਬੱਚੇ ਹੈ ਉਹਨਾਂ ਨੂੰ ਚਾਹੇ ਮੈਂ ਮਹੀਨੇ ਦੋ ਮਹੀਨੇ 'ਚ ਖਾਣਾ ਵੀ ਭੇਜ ਦਿੰਦਾ। ਸਾਡੇ ਸ਼ੇਰਾ ਬਾਈ ਹੈ, ਉਹ ਮਹੀਨੇ ਦੋ ਮਹੀਨੇ 'ਚ ਇੱਥੋਂ ਮਲੇਰਕੋਟ ਲਿਓ, ਅਸੀਂ ਖਾਣਾ ਪਕਵਾ ਕੇ, ਦੇਗਾਂ ਪਕਵਾ ਕੇ ਇੱਥੇ ਵੰਡ ਦੇਈਦੀਆਂ। ਈਦ ਦੇ ਮੌਕੇ ਮੈਂ ਖੁਦ ਆ ਜਾਂਦਾ, ਖੁਦ ਆ ਕੇ ਸਾਰੀ ਚੀਜ਼ਾਂ ਵੰਡ ਦਿੰਦਾ। ਇਹੀ ਹੈ, ਤੁਸੀਂ ਜਾਂ ਪਿਆਰ ਦਿੰਦੇ ਹੋ, ਦੁਆ ਮਿਲਦੀਆਂ ਲੋਕਾਂ ਦੀਆਂ। ਮਤਲਬ ਮੈਂ ਜਿਹੜੀ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ, ਜਿਹੜੀ ਕਾਮਯਾਬੀ ਦਾ ਰਾਜ ਮੇਰੀ ਮਾਂ ਦੀਆਂ ਦੁਆਵਾਂ ਔਰ ਇਹਨਾਂ ਸਭ ਦੀਆਂ ਦੁਆਵਾਂ ਨਾਲ ਜੁੜੀਆਂ ਹੋਈਆਂ, ਉਹਨੂੰ ਸ਼ੇਅਰ ਕਰਦਾ। ਖਾਨ ਸਾਹਿਬ, ਕੀ ਹੈ ਇਸਲਾਮ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ, ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ, ਅਤੇ ਨਾਲੇ ਅਮੀਰ ਗਰੀਬ ਹੁਣ ਤੁਹਾਨੂੰ ਕਹਿਣਗੇ ਜੀ ਕਰੋੜਾਪਤੀ ਨੇ ਗੇ, ਜੇ ਲੱਖਾਂ ਰੁਪਏ ਦੀ 50 ਲੱਖ ਦੀ ਗੱਡੀ 'ਚ ਆ ਗਏ, ਪਤਾ ਨਹੀਂ ਕੋਈ ਇਸ ਤਰ੍ਹਾਂ ਦਾ ਤੱਕ ਢੰਗ ਹੋਊਗਾ। ਪਰ ਸਾਨੂੰ ਇੱਥੇ ਵੀ ਲੋਕਾਂ ਨੇ ਦੱਸਿਆ ਕਿ ਤੁਸੀਂ ਹਰ ਵਾਰੀ ਇੱਥੇ ਆਉਂਦੇ ਅਤੇ ਨਾ ਬੱਚਿਆਂ ਦੇ ਨਾਲ ਛੋਟੇ ਛੋਟੇ ਨਾਲ ਈਦ ਇਸੇ ਤਰ੍ਹਾਂ ਮਨਾਉਂਦੇ? ਹਾਂ ਬਿਲਕੁਲ, ਇਸੇ ਤਰ੍ਹਾਂ ਮਨਾਉਣਾ। ਇਹਨਾਂ ਦਾ ਮੈਂ ਕਈਆਂ ਦੇ ਨਾਮ ਜਾਣਦਾ, ਮਤਲਬ ਇਹ ਮੈਨੂੰ ਜਾਣਦੇ ਨੇ, ਇਹਨਾਂ ਦੀ ਕੋਈ ਪਰੇਸ਼ਾਨੀਆਂ ਹੁੰਦੀਆਂ ਇਹ ਮੇਰੇ ਕੋਲ ਘਰ ਆਉਂਦੇ ਨੇ, ਉਹਨਾਂ ਦੀ ਉਹ ਵੀ ਹੁੰਦਾ ਇੱਕ ਨਾਤਾ ਜੁੜ ਜਾਂਦਾ। ਹਾਂ, ਇਹਨਾਂ ਦਾ ਗਰੀਬਾਂ ਦਾ ਬਿਲਕੁਲ ਇੱਕ ਨਾਤਾ ਜੁੜ ਜਾਂਦਾ। ਇਹਨਾਂ ਦੇ ਛੋਟੇ ਛੋਟੇ ਕੰਮ ਹੁੰਦੇ ਨੇ, ਕਈ ਵਾਰ ਪ੍ਰਸ਼ਾਸਨ ਨਹੀਂ ਸੁਣਦਾ, ਬੰਦਾ ਇਹਨਾਂ ਦੀ ਹੈਲਪ ਕਰ ਦਿੰਦੇ। ਵਿਚਾਰੇ ਇਹ ਪ੍ਰਵਾਸੀ ਨੇ, ਬਾਹਰੋਂ ਆ ਕੇ ਆਪਣੇ ਪਟਿਆਲੇ 'ਚ ਵਸੇ ਹੋਏ ਨੇ, ਅਤੇ ਇੱਕ ਅੱਧਾ ਤੁਸੀਂ ਇਹੋ ਜਿਹਾ ਨਾਲ ਜੁੜੋਗੇ ਤਾਂ ਓਬਵੀਅਸਲੀ ਤੁਸੀਂ ਆਪਣਾ ਇਹਨਾਂ ਦੀ ਹੈਲਪ ਕਰ ਸਕੋਗੇ। ਔਰ ਇੰਨੇ ਬੱਚੇ ਆ, ਇਹਨਾਂ ਨੂੰ ਤੁਸੀਂ ਕੁਛ ਖੁਸ਼ ਕਰਦੇ, ਉਹਨਾਂ ਦੇ ਮਾਂ ਬਾਪ ਕਿੰਨੀਆਂ ਦੁਆਵਾਂ ਦਿੰਦੇ ਹੋਣਗੇ। ਰੱਬ ਦੇਖਦਾ ਜੀ, ਦੁਆ ਤਾਂ ਲੱਗਦੀ ਲੱਗਦੀ ਹੈ ਕਦੇ ਨਾ ਕਦੇ। ਯਾਨੀ ਕਿ ਅੱਜ ਦੀ ਜਿਹੜੀ ਤੁਹਾਡੀ ਈਦ ਹੈ ਯਾਦਗਾਰ ਹੋਊਗੀ? ਬਿਲਕੁਲ ਜੀ ਬਿਲਕੁਲ, ਮੈਂ ਹਮੇਸ਼ਾ ਹਰ ਈਦ ਯਾਦਗਾਰ ਹੀ ਬਣਾਉਣਾ। ਹੁਣ ਜਿਹੜਾ ਥੋੜ੍ਹੀ ਜਿਹੀ ਮੈਨੂੰ ਆਪਣੀ ਕਾਮਯਾਬੀ ਮਿਲ ਗਈ ਤਾਂ ਮੀਡੀਆ ਨੂੰ ਪਤਾ ਲੱਗਿਆ, ਨਹੀਂ ਮੈਂ ਵੈਸੇ ਹਰ ਈਦ ਆਉਣਾ ਹੀ ਆਉਣਾ। ਬਿਲਕੁਲ, ਜੋ ਸਮਾਜ ਸੇਵੀ ਨੇ, ਦਨਾਨ ਨੇ, ਸੋਸ਼ਲ ਵਰਕਰ ਨੇ, ਤਾਂ ਤੁਸੀਂ ਪਿੱਛੇ ਦੇਖੋ ਕਿ ਬੱਚਿਆਂ ਦੇ ਨਾਲ ਕਿੰਨਾ ਬੱਚਿਆਂ ਦਾ ਇੱਥੇ ਮੇਲਾ ਲੱਗਿਆ ਹੋਇਆ। ਸਾਰੇ ਬੱਚੇ ਪਹਿਲਾਂ ਇਹਨਾਂ ਨੇ ਚੋਕਲੇਟ ਵਗੈਰਾ ਲਏ, ਗਿਫਟ ਦਿੱਤੇ, ਅਤੇ ਉਸ ਤੋਂ ਬਾਅਦ ਹੁਣ ਇਹਨਾਂ ਬੱਚਿਆਂ ਨੂੰ ਉਹ ਜੂਸ ਵਗੈਰਾ ਪਿਲਾ ਰਹੇ ਨੇ, ਛੋਟੇ ਛੋਟੇ ਬੱਚੇ ਨੇ। ਮਕਸਦ ਸਿਰਫ ਇਹੀ ਹੈ ਕਿ ਮੈਂ ਬੇਸ਼ੱਕ ਮੈਨੂੰ ਰੱਬ ਨੇ ਕਹਿੰਦੇ ਉਸ ਅੱਲਾ ਨੇ ਖੁਦਾ ਨੇ ਬਹੁਤ ਕੁਛ ਦਿੱਤਾ ਹੈ, ਪਰ ਮੇਰੀ ਖੁਸ਼ੀ ਇਸੇ 'ਚ ਹੈ ਕਿ ਮੈਂ ਇਹਨਾਂ ਛੋਟੇ ਛੋਟੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਦੇ ਨਾਲ ਆ ਕੇ ਇਸ ਢੰਗ ਦੇ ਨਾਲ ਈਦ ਮਨਾਵਾਂ। ਸੋ ਇੱਕ ਸੇਧ ਹੈ, ਇੱਕ ਮੈਸੇਜ ਹੈ ਕਿ ਜੇਕਰ ਸਾਡੇ ਜਿਹੜੇ ਤਿੱਥ ਤਿਉਹਾਰ ਨੇ, ਜੇ ਅਸੀਂ ਇਸ ਤਰ੍ਹਾਂ ਜ਼ਰੂਰਤਮੰਦ ਪਰਿਵਾਰਾਂ ਦੇ ਨਾਲ ਮਨਾਈਏ ਤਾਂ ਉਹਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ, ਫਿਰ ਚਾਹੇ ਦੀਵਾਲੀ ਹੋਵੇ ਜਾਂ ਈਦ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18, ਪੰਜਾਬ।